ਸੇਲ ਘਰ ਵਿੱਚ ਕਸਰਤ ਦਾ ਪ੍ਰੋਗਰਾਮ ਪੱਧਰ ਦੋ ਖੜ੍ਹੇ ਹੋ ਕੇ। ਇਹ ਕਸਰਤਾਂ ਰਸੋਈ ਦੇ ਸਿੰਕ 'ਤੇ ਬਿਹਤਰ ਕੀਤੀਆਂ ਜਾਂਦੀਆਂ ਹਨ। ਇਹ ਹਿਲਦਾ ਨਹੀਂ ਹੈ ਅਤੇ ਫੜਨਾ ਵੀ ਸੌਖਾ ਹੈ। ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਹਿਦਾਇਤਾਂ। ਕੀ ਤੁਸੀਂ ਅੱਜ ਅੱਛਾ ਮਹਿਸੂਸ ਕਰ ਰਹੇ ਹੋ? ਤੁਸੀਂ ਅੱਜ ਸਹੀ ਮਾਤਰਾ ਵਿੱਚ ਖਾਣਾ ਖਾਇਆ ਹੈ? ਕਿਆ ਤੁਸੀਂ ਨੌਨ ਸਲਿਪ ਸ਼ੂਜ਼ ਪਾਏ ਹੋਏ ਹੈ? ਕੀ ਕਸਰਤ ਵਾਲੀ ਥਾਂ ਫਸ ਕੇ ਗਿਰਨ ਵਾਲੀ ਚੀਜ਼ਾਂ ਤੋਂ ਖਾਲੀ ਹੈ? ਕੀ ਕਸਰਤ ਵਾਲਾ ਪਰਚਾ ਤੁਹਾਡੇ ਕੋਲ ਹੈ? ਸਿਰਫ ਉਹੀ ਕਸਰਤਾਂ ਕਰੋ ਜਿਹੜੀਆਂ ਤੁਹਾਨੂੰ ਸੁਰੱਖਿਅਤ ਅਤੇ ਆਸਾਨ ਲੱਗਣ। ਸਾਰੀ ਕਸਰਤਾਂ ਦੌਰਾਨ ਸਿੱਧੇ ਖੜ੍ਹੇ ਰਹੋ, ਪੈਰ ਮੋਢਿਆਂ ਜਿੰਨੀ ਤਕਰੀਬਨ 12 ਇੰਚ ਜਾਂ 30 ਸੈਂਟੀਮੀਟਰ ਦੀ ਦੂਰੀ 'ਤੇ ਹੋਣ। ਆਰਾਮ ਨਾਲ ਸਾਹ ਲਓ, ਆਪਣਾ ਸਾਹ ਨਾ ਰੋਕੋ। ਸਰੀਰ ਨੂੰ ਇੱਕ ਮੁਦਰਾ ਵਿੱਚ ਰੋਕਣ ਦਾ ਮਤਲਬ ਹੈ 3 ਸੈਕਿੰਡ ਤੱਕ ਰੋਕਣਾ। ਗਿਣਤੀ ਕਰੋ 1001, 1002, 1003। ਥੋੜ੍ਹੀਆਂ ਕਸਰਤਾਂ ਨਾਲ ਸ਼ੁਰੂ ਕਰੋ, ਸਮੇਂ ਨਾਲ ਹੋਰ ਕਸਰਤਾਂ ਜੋੜੋ ਜਦ ਤੱਕ ਤੁਸੀਂ ਸਾਰੀਆਂ 7 ਨਹੀਂ ਕਰਨ ਲੱਗ ਪੈਂਦੇ। ਸਮੇਂ ਨਾਲ ਹਰ ਕਸਰਤ ਨੂੰ ਜ਼ਿਆਦਾ ਵਾਰੀ ਕਰੋ। ਸਮੇਂ ਨਾਲ ਸਿੰਕ ਜਾਂ ਕਾਊਂਟਰ ਨੂੰ ਘੱਟ ਫੜੋ। ਇੱਕ ਹੱਥ ਅਤੇ ਦੂਜੇ ਹੱਥ ਦੀਆਂ ਸਿਰਫ ਕੁਝ ਉਂਗਲਾਂ ਨਾਲ ਫੜੋ। ਹਰ ਹੱਥ ਦੀਆਂ ਸਿਰਫ ਕੁਝ ਉਂਗਲਾਂ ਨਾਲ ਫੜੋ। ਸਿਰਫ ਇੱਕ ਹੱਥ ਨਾਲ ਫੜੋ। ਇੱਕ ਹੱਥ ਦੀਆਂ ਸਿਰਫ ਕੁਝ ਉਂਗਲਾਂ ਨਾਲ ਫੜੋ। ਹੱਥ ਸਿੰਕ ਜਾਂ ਕਾਊਂਟਰ ਦੇ ਨੇੜੇ ਰੱਖੋ, ਪਰ ਉਦੋਂ ਤੱਕ ਨਾ ਫੜੋ ਜਦ ਤੱਕ ਤੁਹਾਨੂੰ ਲੋੜ ਨਹੀਂ ਪੈਂਦੀ। ਜੇ ਇਹਨਾਂ ਵਿੱਚੋਂ ਕਿਸੇ ਵੀ ਕਸਰਤ ਦੇ ਦੌਰਾਨ ਤੁਹਾਨੂੰ ਦਰਦ ਹੋਵੇ ਜਾਂ ਸਾਹ ਚੜ੍ਹੇ ਤਾਂ ਆਰਾਮ ਕਰੋ, ਦੂਜੇ ਦਿਨ ਘੱਟ ਕਰੋ, ਆਪਣੇ ਡਾਕਟਰ ਜਾਂ ਸਪੈਸ਼ਲਿਸਟ ਨਾਲ ਗੱਲ ਕਰੋ।